ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਲੇਕਿਨ ਕੇਂਦਰ ਵਿੱਚ ਸੱਤਾ ਵਿੱਚ ਆਈ ਭਾਜਪਾ ਨੂੰ 4 ਸਾਲ ਹੋ ਚੁੱਕੇ ਹਨ, ਪਰ ਕੇਂਦਰ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਤਾਂ ਕੀ ਦੇਣੀਆਂ ਹਨ। ਨੋਟਬੰਦੀ ਦੇ ਨਾਲ ਨੌਕਰੀਆਂ ਨੂੰ ਹੋਰ ਵੀ ਖੋ ਲਿਆ ਹੈ। ਉਧਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਪਕੌੜਿਆਂ ਨੂੰ ਵੇਚਣ ਦੀ ਗੱਲ ਵੀ ਕਹਿ ਰਹੇ ਹਨ, ਜਿਸ ਦਾ ਆਮ ਆਦਮੀ ਪਾਰਟੀ ਨੇ ਹੁਸ਼ਿਆਰਪੁਰ 'ਚ ਸਖ਼ਤ ਨੋਟਿਸ ਲਿਆ ਹੈ ਅਤੇ ਆਪ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਪਰਮਜੀਤ ਸਿੰਘ ਸਚਦੇਵਾ ਦੀ ਅਗਵਾਈ 'ਚ ਯੂਥ ਵਿੰਗ ਦੇ ਨੇਤਾਵਾਂ ਪਕੌੜਿਆਂ ਦੀ ਰੇਹੜੀ ਲਾ ਕੇ ਲੋਕਾਂ ਨੂੰ ਪਕੌੜੇ ਵੇਚੇ ਹਨ ਅਤੇ ਮੋਦੀ ਸਰਕਾਰ ਖਿਲਾਫ਼ ਪ੍ਰਦਰਸ਼ਨ ਵੀ ਕੀਤਾ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਸਭ ਤੋਂ ਖਾਸ ਗੱਲ ਇਹ ਰਹੀ ਕਿ ਰੇਹੜੀ ਉੱਤੇ ਨੌਜਵਾਨਾਂ ਨੇ ਆਪਣੇ ਡਿਗਰੀ ਵਾਲੇ ਕਾਲੇ ਕੋਟ ਅਤੇ ਕੈਬ ਲਾ ਕੇ ਪਕੌੜੇ ਕੱਢੇ। ਜਿਹੜੀ ਮੋਦੀ ਸਰਕਾਰ ਆਈ ਸੀ ਇਹ 2014 ਦੇ, ਜੇ ਤੁਸੀਂ ਬਿਆਨ ਪੜ੍ਹ ਕੇ ਸੁਣ ਲਓ ਇਹਨਾਂ ਦੇ ਜਿੰਨੇ ਵੀ ਲਿਖੇ ਜਾਂ ਮੈਨੀਫੈਸਟੋ ਕੱਢ ਕੇ ਦੇਖ ਲਓ, ਇਹ ਥਾਂ ਥਾਂ ਰੈਲੀਆਂ 'ਤੇ ਕਹਿੰਦੇ ਰਹੇ ਆ ਵੀ ਜਿਹੜਾ ਅਸੀਂ ਹਰ ਸਾਲ 2 ਕਰੋੜ ਨਵੇਂ ਰੁਜ਼ਗਾਰ ਜਿਹੜੇ ਅਸੀਂ ਪੈਦਾ ਕਰਾਂਗੇ। ਹਿੰਦੁਸਤਾਨ ਦੇ ਵਿੱਚ ਬੇਰੁਜ਼ਗਾਰੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ, ਔਰ ਇਸੇ ਚੀਜ਼ ਨੂੰ ਦੁੱਖ ਦੀ ਰੱਗ ਨੂੰ ਛੇੜਦੇ ਹੋਏ ਕੈਪਟਨ ਸਾਹਿਬ ਵੀ ਝੂਠ ਬੋਲ ਕੇ ਸਰਕਾਰ ਬਣਾ ਕੇ ਕਿ ਕੈਪਟਨ ਨੇ ਸਹੁੰ ਚੁੱਕੀ, ਘਰ ਘਰ ਨੌਕਰੀ ਪੱਕੀ, ਨਾ ਹੀ ਤਾਂ ਕਿਸੇ ਨੂੰ ਨੌਕਰੀ ਮਿਲੀ ਅਤੇ ਨਾ ਹੀ ਇਹਨਾਂ ਕਿਸੇ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਿਹੜਾ ਇਹਨਾਂ ਨੇ 2500 ਰੁਪਏ ਦਾ ਕਹਿਣ ਦਾ ਵਾਅਦਾ ਕੀਤਾ ਸੀ। ਰਹੀ ਗੱਲ ਪਕੌੜਿਆਂ ਦੀ, ਮੋਦੀ ਜੀ ਕਹਿੰਦੇ ਸੀ ਬਈ ਹੁਣ 4 ਸਾਲ ਨਿਕਲ ਗਏ ਆ, ਇਹਨਾਂ ਦੇ ਕੋਲ ਆਪਣੇ ਕੋਲ ਪਿਛਲਾ 4 ਸਾਲ ਦਾ ਕਾਰਗੁਜ਼ਾਰੀ ਦੱਸਣ ਨੂੰ ਕੋਈ ਹੈ ਨਹੀਂ, ਉਹਦੀ ਕੋਈ ਬਜਟ 'ਚ ਵੀ ਕੋਈ ਗੱਲ ਨਹੀਂ ਕੀਤੀ ਵੀ ਪਿਛਲੇ 4 ਸਾਲਾਂ 'ਚ ਅਸੀਂ ਇੰਨੇ ਰੁਜ਼ਗਾਰ ਪੈਦਾ ਕੀਤੇ। ਇਹ ਜਿਹੜਾ ਰਿਜ਼ਰਵ ਬੈਂਕ ਦਾ ਡਾਟਾ ਆਇਆ ਉਹਦੇ ਮੁਤਾਬਕ ਟੋਟਲ 15 ਲੱਖ ਜੋਬ ਜਿਹੜੇ ਇਹਨਾਂ ਨੇ ਕ੍ਰੀਏਟ ਕੀਤੇ ਆ, ਔਰ ਵਾਅਦਾ ਕਰ ਰਹੇ 8 ਕਰੋੜ ਦਾ ਜਿਹੜਾ 4 ਸਾਲਾਂ 'ਚ 8 ਕਰੋੜ ਜੋਬ ਦੇਣੀ ਅਸੀਂ। ਉਲਟਾ ਜਿਹੜੀ ਨੋਟਬੰਦੀ ਹੋਈ ਹੈ ਉਹਦੇ ਨਾਲ ਜਿਹੜੀ ਦੇਸ਼ ਦੀ GDP ਹੈ ਉਹ 2% ਘਟੀ ਹੈ। 2% GDP ਘਟਣ ਦਾ ਮਤਲਬ ਹੈ ਵੀ 2 ਕਰੋੜ ਜਿਹੜੇ ਨੌਜਵਾਨ ਹੋਰ ਬੇਰੁਜ਼ਗਾਰ ਹੋਏ ਆ। ਹੁਸ਼ਿਆਰਪੁਰ ਤੋਂ ਯੋਗੇਸ਼ ਬਹਿਲ ਦੀ ਰਿਪੋਰਟ, ਪੰਜਾਬ ਟੂਡੇ।